ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਮਿੰਦਰ ਸ਼ੇਰਗਿੱਲ ਗਲੋਬਲ ਵੀਜ਼ਾ ਹੈਲਪਲਾਈਨ ਤੋਂ। ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸ਼ੈਨਗਨ ਨੂੰ ਲੈ ਕੇ। ਜਿੱਦਾਂ ਕਿ ਬਹੁਤ ਸਾਰੇ ਬੱਚਿਆਂ ਦਾ ਡ੍ਰੀਮ ਹੈਗਾ ਵੀ ਸ਼ੈਨਗਨ ਕੰਟਰੀਜ਼ ਦੇ ਵਿੱਚ ਜਾ ਕੇ ਪੜ੍ਹੀਏ ਅਤੇ ਉੱਥੇ ਜਾ ਕੇ ਸੈਟਲ ਹੋਈਏ, ਬਟ ਇਹਦੇ ਵਿੱਚ ਆਪਾਂ ਦੇਖਦੇ ਹੈਗੇ ਵੀ ਹਰ ਬੱਚੇ ਨੂੰ ਉੱਥੇ ਕੰਟਰੀਜ਼ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਜ਼ਿਆਦਾ ਹੋਣ ਕਰਕੇ ਤਕਰੀਬਨ 26 ਕੰਟਰੀਜ਼ 'ਚ ਸ਼ੈਨਗਨ ਸਾਰਾ ਇੱਕ 26 ਕੰਟਰੀਜ਼ ਦਾ ਪਾਰਟ ਹੈਗਾ, ਇੱਕ ਇਹਨਾਂ ਦਾ ਪ੍ਰੋਪਰ ਸਮੂਹ ਹੈਗਾ 26 ਦੇਸ਼ਾਂ ਦਾ। ਜੇ ਇਹਦੇ ਵਿੱਚ ਬੱਚਾ ਦੇਖਦਾ ਹੈਗਾ ਵੀ ਮੈਂ ਚੋਣ ਜਿਹੜੀ ਹੈਗੀ ਆ ਕਿਸ ਕੰਟਰੀ ਦੀ ਚੋਣ ਕਰੋ, ਸੋ ਦੋਸਤੋ ਜੇ ਤੁਸੀਂ ਸ਼ੈਨਗਨ ਦੇ ਵਿੱਚ ਪੜ੍ਹਾਈ ਕਰਨ ਲਈ ਜਾਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਕੋਰਸ ਹੈਗਾ ਉਹ ਦੇਖੋ ਵੀ ਤੁਸੀਂ ਤੁਹਾਡਾ ਇੰਟਰਸਟ ਜਿਹੜਾ ਹੈਗਾ, ਤੁਹਾਡਾ ਬੈਕਗਰਾਊਂਡ ਕੀ ਹੈਗਾ, ਉਹ ਕਿਹੜੇ ਦੇਸ਼ ਦੇ ਵਿੱਚ ਜਿਹੜਾ ਹੈਗਾ ਤੁਸੀਂ ਕਿਸ ਕੈਟਾਗਰੀ ਦੇ ਵਿੱਚ ਆਪਣਾ ਫਿਊਚਰ ਜਿਹੜਾ ਹੈਗਾ ਬਣਾਉਣਾ ਚਾਹੁੰਦੇ ਹੋ। 26 ਕੰਟਰੀਜ਼ ਦੇ ਵਿੱਚ ਦੀ ਆਪਾਂ ਗੱਲ ਕਰੀਏ, ਜਿਵੇਂ ਜਰਮਨੀ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਜਾਣਾ ਚਾਹੁੰਦੇ ਨੇ, ਜਰਮਨੀ ਹੋ ਗਿਆ, ਮਾਲਟਾ ਹੋ ਗਿਆ, ਹੰਗਰੀ ਹੋ ਗਿਆ, ਸਵੀਡਨ ਹੋ ਗਿਆ, ਪੋਲੈਂਡ ਹੋ ਗਿਆ, ਹੋਰ ਵੀ ਬਹੁਤ ਸਾਰੀਆਂ ਕੰਟਰੀਜ਼ ਨੇ, ਸਵਿਟਜ਼ਰਲੈਂਡ ਨੂੰ ਮੇਜਰ ਮੰਨਿਆ ਜਾਂਦਾ, ਹੋਰ ਬੜੀਆਂ ਸਾਰੀਆਂ, ਮਤਲਬ ਟੋਟਲ ਜਿਹੜੀਆਂ ਹੈਗੀਆਂ 26 ਕੰਟਰੀਜ਼ ਹੈਗੀਆਂ ਨੇ। ਤੁਸੀਂ ਪ੍ਰੋਪਰ ਗੂਗਲ 'ਤੇ ਜਿਹੜਾ ਹੈਗਾ ਸਰਚ ਕਰਕੇ ਇਹਨਾਂ ਦਾ ਮੈਪ ਦੇ ਸਕਦੇ ਹੋ। ਇਹ 26 ਕੰਟਰੀਆਂ ਦੇ ਵਿੱਚ ਹੀ ਗਲੋਬਲ ਵੀਜ਼ਾ ਹੈਲਪਲਾਈਨ ਜਿਹੜਾ ਹੈਗਾ ਸਟੱਡੀ ਵੀਜ਼ਾ ਦੇ ਵਿੱਚ ਡੀਲ ਕਰਦਾ ਹੈਗਾ। ਜੇ ਤੁਸੀਂ ਸ਼ੈਨਗਨ ਦੇਸ਼ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਜਾਣਾ ਚਾਹੁੰਦੇ ਹੋ ਤਾਂ ਆਪਣਾ ਸਭ ਤੋਂ ਪਹਿਲਾਂ ਇੰਟਰਸਟ ਦੇਖੋ ਵੀ ਤੁਸੀਂ ਕਿਸ ਇੰਟਰਸਟ ਜਿਹੜਾ ਤੁਹਾਡਾ ਹੈਗਾ ਕਿਹੜੀ ਚੀਜ਼ ਦੇ ਵਿੱਚ ਹੈਗਾ, ਉਸ ਹਿਸਾਬ ਨਾਲ ਫਿਰ ਆਪਾਂ ਤੁਹਾਡੀ ਜਿਹੜੀ ਕੰਟਰੀ ਹੈਗੀ ਆ ਸਿਲੈਕਟ ਕਰਾਂਗੇ। ਉਹ ਤੋਂ ਬਾਅਦ ਦੋਸਤੋ ਆਉਂਦਾ ਵੀ ਤੁਸੀਂ ਇਕੱਲੇ ਜਾਣਾ ਚਾਹੁੰਦੇ ਹੋ ਜਾਂ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ। ਜੇ ਤੁਸੀਂ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਅਤੇ ਜੇ ਤੁਸੀਂ ਬੱਚਿਆਂ ਦੇ ਨਾਲ ਵੀ ਜਾਣਾ ਚਾਹੁੰਦੇ ਹੋ, ਸ਼ੈਨਗਨ ਦੇ ਵਿੱਚ ਕੁਛ ਇੱਦਾਂ ਦੇ ਕੰਟਰੀਜ਼ ਵੀ ਹੈਗੇ ਆ, ਇੱਦਾਂ ਦੇ ਦੇਸ਼ ਵੀ ਹੈਗੇ ਆ। ਜਿੱਦਾਂ ਮੈਂ ਸਵੀਡਨ ਦੀ ਗੱਲ ਕਰਾਂ, ਸਵੀਡਨ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾ ਸਕਦੇ ਹੋ, ਸਾਰਾ ਪਰਿਵਾਰ ਇਕੱਠਾ ਹੀ ਇੱਥੋਂ ਮੂਵ ਕਰ ਸਕਦਾ ਹੈਗਾ ਸਵੀਡਨ ਦੇ ਲਈ ਇੰਡੀਆ ਤੋਂ, ਜੇ ਤੁਸੀਂ ਜਾਣਾ ਚਾਹੁੰਦੇ ਹੋ। ਇਸ ਤੋਂ ਇਲਾਵਾ ਬੱਚਿਓ ਆਪਾਂ ਦੇਖਦੇ ਹੈਗਾ ਤੁਹਾਡੇ ਬਜਟ ਦੀ ਗੱਲ ਆ ਜਾਂਦੀ ਹੈ ਵੀ ਤੁਹਾਡਾ ਬਜਟ ਕੀ ਹੈਗਾ। ਕਈ ਬੱਚਿਆਂ ਦਾ ਬਜਟ ਜਿਹੜਾ ਹੈਗਾ ਲੋ ਹੈਗਾ। ਜੇ ਤੁਸੀਂ 2-2.5 ਲੱਖ ਰੁਪਏ ਦੇ ਵਿੱਚ ਵੀ ਜਿਹੜਾ ਹੈਗਾ ਪੜ੍ਹਨਾ ਚਾਹੁੰਦੇ ਹੋ, ਇੱਕ ਸਾਲ ਦੀ ਫੀਸ, ਪੋਲੈਂਡ ਦੀ ਆਪਾਂ ਗੱਲ ਕਰਦੇ ਹਾਂ, ਪੋਲੈਂਡ ਦੇ ਵਿੱਚ 1500 ਯੂਰੋ ਤੋਂ ਜਿਹੜੀ ਫੀਸ ਹੈਗੀ ਆ, ਮੀਨਸ 1.5-1.5 ਲੱਖ ਰੁਪਇਆ ਇੱਕ ਸਾਲ ਦੀ ਫੀਸ ਵੀ ਜਿਹੜੀ ਹੈਗੀ ਆ ਸਟਾਰਟ ਹੋ ਜਾਂਦੀ ਆ। ਉੱਥੇ ਦੂਜੇ ਪਾਸੇ ਆਪਾਂ ਦੇਖਦੇ ਹਾਂ ਵੀ ਸਵਿਟਜ਼ਰਲੈਂਡ ਵਰਗੀਆਂ ਕੰਟਰੀਆਂ ਦੇ ਵਿੱਚ 16-16, 17-17 ਲੱਖ ਰੁਪਏ ਤੱਕ ਦੀਆਂ ਫੀਸਿਸ ਦਾ ਬਜਟ ਹੈਗਾ। ਇਹ ਸਾਰੀਆਂ ਚੀਜ਼ਾਂ ਆਪਾਂ ਆਫਿਸ ਦੇ ਵਿੱਚ ਬੈਠ ਕੇ ਤੁਸੀਂ ਮੈਨੂੰ ਜਾਂ ਮੇਰੀ ਐਕਸਪਰਟ ਟੀਮ ਨੂੰ ਖੰਨਾ, ਜਲੰਧਰ ਅਤੇ ਚੰਡੀਗੜ੍ਹ ਆਫਿਸ ਦੇ ਵਿੱਚ ਤੁਸੀਂ ਮਿਲ ਸਕਦੇ ਹੋ ਅਤੇ ਆਪਣੀਆਂ ਜੋ ਵੀ ਤੁਹਾਡੀਆਂ ਇਨਕੁਆਇਰੀਜ਼ ਹੈਗੀਆਂ ਨੇ ਉਹ ਤੁਸੀਂ ਕਲੀਅਰ ਕਰ ਸਕਦੇ ਹੋ। ਹੋਰ ਜਾਣਕਾਰੀ ਦੇ ਲਈ ਨੰਬਰ ਚੱਲ ਰਿਹਾ ਜੀ ਟੀਵੀ ਸਕਰੀਨ 'ਤੇ, 9502-9582-9081 'ਤੇ ਤੁਸੀਂ ਕਾਲ ਕਰਕੇ ਜਾਂ ਵਟਸਐਪ ਕਰਕੇ ਜਾਂ ਨੀਚੇ ਕਮੈਂਟ ਕਰਕੇ ਸਾਡੇ ਤੋਂ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਮੈਂ ਸ਼ੈਨਗਨ ਦੀ ਗੱਲ ਕਰ ਰਿਹਾ ਜੀ। ਸ਼ੈਨਗਨ ਦੇ ਵਿੱਚ ਇਹ ਬੈਨੀਫਿਟ ਹੁੰਦਾ ਵੀ ਜੇ ਤੁਸੀਂ ਕਿਸੇ ਵੀ ਦੇਸ਼ ਤੋਂ ਸ਼ੈਨਗਨ ਵੀਜ਼ਾ ਲੈਂਦੇ ਹੋ ਅਤੇ ਤੁਸੀਂ ਮੰਨ ਲਓ ਜਰਮਨੀ ਦੇ ਵਿੱਚ ਤੁਸੀਂ ਵੀਜ਼ਾ ਲਿੱਤਾ ਹੈਗਾ, ਜੇ ਜਰਮਨੀ ਤੋਂ ਇਲਾਵਾ ਤੁਸੀਂ ਹੋਰ ਕਿਤੇ ਟਰੈਵਲ ਕਰਨਾ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਉਸੇ ਵੀਜ਼ੇ 'ਤੇ ਤੁਸੀਂ ਆਪਣਾ ਕਿਸੇ ਹੋਰ ਕੰਟਰੀ ਵੀ ਟਰੈਵਲ ਕਰ ਸਕਦੇ ਹੋ। ਜੇ ਤੁਸੀਂ ਪੋਲੈਂਡ ਪੜ੍ਹਨ ਦੇ ਲਈ ਗਏ ਹੋ, ਪੋਲੈਂਡ ਤੋਂ ਤੁਸੀਂ ਜਰਮਨੀ ਜਾਣਾ ਚਾਹੁੰਦੇ ਹੋ, ਲਾਤਵੀਆ ਜਾਣਾ ਚਾਹੁੰਦੇ ਹੋ, ਸਵੀਡਨ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਟਰੈਵਲ ਕਰ ਸਕਦੇ ਹੋ, ਤੁਹਾਡੇ 'ਤੇ ਕੋਈ ਪਾਬੰਦੀ ਨਹੀਂ ਹੈ। ਬਟ ਤੁਹਾਡੇ ਕੋਲ ਕੋਈ ਇੱਕ ਸਟਰੋਂਗ ਜਿਹੜਾ ਰੀਜ਼ਨ ਹੈਗਾ ਹੋਣਾ ਚਾਹੀਦਾ। ਮੀਨਸ ਸਟਰੋਂਗ ਰੀਜ਼ਨ ਦਾ ਮਤਲਬ ਇਹ ਹੈਗਾ ਵੀ ਜੇ ਤੁਹਾਡੀਆਂ ਕਲਾਸਿਸ ਉੱਥੇ ਚੱਲ ਰਹੀਆਂ ਨੇ ਤਾਂ ਤੁਸੀਂ ਆਪਣਾ ਕਲਾਸਿਸ ਨੂੰ ਛੱਡ ਕੇ ਉੱਧਰ ਨਾ ਟਰੈਵਲ ਕਰੋ, ਉਹਦੇ ਫਿਰ ਆਪਾਂ ਨੂੰ ਜਿਹੜੇ ਨਤੀਜੇ ਹੈਗੇ ਉਹ ਗਲਤ ਭੁਗਤਣੇ ਪੈ ਸਕਦੇ ਆ। ਦੂਸਰੇ ਪਾਸੇ ਆਪਾਂ ਗੱਲ ਕਰੀਏ ਵੀ ਬੜੀ ਸੋਹਣੀ ਜਿਹੜੀ ਹੈਗਾ ਸਾਰਾ ਯੂਰਪ ਬਹੁਤ ਹੀ ਜ਼ਿਆਦਾ ਵਧੀਆ ਹੈਗਾ। ਇੱਥੇ ਅਲੱਗ ਅਲੱਗ ਜਿਹੜੇ ਕੋਰਸਿਸ ਦੀ ਹੈਗੀ ਆ ਭਰਮਾਰ ਆ ਜੀ। ਜਰਮਨੀ ਦੀ ਆਪਾਂ ਗੱਲ ਕਰੀਏ ਜਾਂ ਹੋਰ ਜਿੰਨੇ ਵੀ ਦੇਸ਼ ਹੈਗੇ ਆ, ਉੱਥੇ ਟੂਰਿਸਟ ਨੂੰ ਵੀ ਬਹੁਤ ਜ਼ਿਆਦਾ ਟੂਰਿਸਟ ਜਿਹੜਾ ਹੈਗਾ ਟਰੈਵਲ ਕਰਦਾ ਹੈਗਾ। ਇੱਦਾਂ ਦੇ ਕੋਰਸਿਸ ਜਾਂ IT ਦੇ ਕੋਰਸਿਸ ਦੀ ਆਪਾਂ ਗੱਲ ਕਰੀਏ ਉਹ ਵੀ ਬਹੁਤ ਸਾਰੇ ਜਿਨ੍ਹਾਂ ਦੀ ਅੱਗੇ ਬੁੱਕਤ ਹੈਗੀ ਆ, ਅੱਗੇ ਪੈ ਸਕਦੀ ਆ। ਜੋਬ ਸਰਚ ਵੀਜ਼ਾ ਵੀ ਹੈਗਾ ਜਰਮਨੀ ਦਾ ਜੀ। ਜੇ ਬੱਚੇ ਕੋਈ ਵੀ ਜੋਬ ਸਰਚ ਦੇ ਲਈ ਜਰਮਨੀ ਜਾਣਾ ਚਾਹੁੰਦੇ ਆ ਤਾਂ ਉਹਦੇ ਵਿੱਚ ਵੀ ਤੁਸੀਂ ਆਪਣਾ ਜੋਬ ਸਰਚ ਦੇ ਲਈ ਵੀ ਜਰਮਨੀ ਜਾ ਸਕਦੇ ਹੋ। ਸੋ ਜੇ ਤੁਸੀਂ ਹਲੇ ਵੀ ਤੁਹਾਡਾ ਕੋਈ ਵੀ ਮਨ ਦੇ ਵਿੱਚ ਹੈਗਾ ਕੋਈ ਕੁਐਸਚਨਸ ਹੈਗਾ ਤਾਂ ਤੁਸੀਂ ਸਾਡੇ ਜਲੰਧਰ, ਚੰਡੀਗੜ੍ਹ, ਖੰਨਾ ਆਫਿਸ ਦੇ ਵਿੱਚ ਵਿਜ਼ਿਟ ਕਰਕੇ ਆਪਣੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਲੈ ਸਕਦੇ ਹੋ। ਬਾਕੀ ਜਰਮਨੀ ਜਾਂ ਹੋਰ ਜਿਹੜੇ ਸ਼ੈਨਗਨ ਦੇਸ਼ ਹੈਗੇ ਆ ਉਹ ਬੰਦਿਆਂ ਲਈ ਬਹੁਤ ਹੀ ਜ਼ਿਆਦਾ ਬੈਨੀਫਿਟ ਹੈਗਾ ਜਿਨ੍ਹਾਂ ਦੇ ਬਜਟ ਘੱਟ ਨੇ। ਜਰਮਨੀ ਜੀ ਫ੍ਰੀ ਲੈਂਗੁਏਜ ਜਿਹੜਾ ਹੈਗਾ ਫ੍ਰੀ ਸਟੱਡੀ ਵੀ ਕਰਾਉਂਦਾ ਹੈਗਾ। ਜੇ ਤੁਸੀਂ ਲੈਂਗੁਏਜ ਕੋਰਸ ਜਿਹੜਾ ਹੈਗਾ ਜਰਮਨੀ ਦਾ A1, B1, B2 ਕੀਤਾ ਹੋਇਆ ਤਾਂ ਤੁਸੀਂ ਫ੍ਰੀ ਸਟੱਡੀ ਦੇ ਲਈ ਵੀ ਜਰਮਨੀ ਜਿਹੜਾ ਹੈਗਾ ਜਾ ਸਕਦੇ ਹੋ। ਬਟ ਕਈ ਬੱਚੇ ਵਿਦਾਊਟ ਟੈਲੈਂਟਸ ਜਰਮਨੀ ਜਾਣਾ ਚਾਹੁੰਦੇ ਨੇ। ਜੇ ਵਿਦਾਊਟ ਟੈਲੈਂਟਸ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਫਿਰ ਤੁਹਾਨੂੰ ਪਹਿਲਾਂ ਜਰਮਨੀ ਦੇ ਵਿੱਚ ਜਿਹੜਾ ਲੈਂਗੁਏਜ ਕੋਰਸ ਹੈਗਾ ਉਹ ਕਰਨਾ ਪਏਗਾ। ਉਹਦੀਆਂ ਫੀਸਿਸ ਜਿਹੜੀਆਂ ਹੈਗੀਆਂ ਨੇ ਆਪਾਂ ਨੂੰ ਪੇ ਕਰਨੀਆਂ ਪੈਂਦੀਆਂ ਨੇ। ਉਸ ਤੋਂ ਬਾਅਦ ਦੋਸਤੋ ਗੱਲ ਆ ਜਾਂਦੀ ਹੈ ਫੰਡਸ ਦੀ। ਹੋਰ ਆਪਾਂ ਕਈ ਕੰਟਰੀਜ਼ ਦੇ ਵਿੱਚ ਦੇਖਦੇ ਹਾਂ ਵੀ ਫੰਡਸ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਦਿਖਾਉਣੇ ਪੈਂਦੇ ਨੇ, ਪਰ ਜੇ ਤੁਸੀਂ ਸ਼ੈਨਗਨ ਦੇ ਵਿੱਚ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਵੱਡੇ ਫੰਡਸ ਦਿਖਾਉਣ ਦੀ ਲੋੜ ਨਹੀਂ ਹੈਗੀ। ਤਕਰੀਬਨ 5-6 ਲੱਖ ਰੁਪਇਆ ਸ਼ੋਅ ਕਰਕੇ ਵੀ ਆਪਾਂ ਸ਼ੈਨਗਨ ਦਾ ਜਿਹੜਾ ਵੀਜ਼ਾ ਹੈਗਾ ਲੈ ਸਕਦੇ ਹਾਂ।
ਕੁਛ ਸ਼ੈਨਗਨ ਦੇ ਵਿੱਚ ਅਲੱਗ ਕੀ ਹੈਗਾ ਜੀ ਵੱਖਰਾ, ਇੱਥੇ ਹੈਗਾ ਵੀ ਇੱਥੇ ਬਾਇਓਮੈਟ੍ਰਿਕਸ ਜਿਹੜੇ ਹੈਗੇ ਉਹ ਸਟੂਡੈਂਟ ਦੇ ਹੁੰਦੇ ਆ ਜੀ। ਸਟੂਡੈਂਟ ਦੀ ਜਿਹੜੀ ਵੀਜ਼ਾ ਫਾਈਲ ਹੁੰਦੀ ਆ ਉਹ ਤਾਂ ਸਟੂਡੈਂਟ ਨੂੰ ਆਪ ਸਬਮਿਟ ਕਰਾਉਣੀ ਪੈਂਦੀ ਆ ਪੂਰੇ ਸ਼ੈਨਗਨ ਦੇ ਵਿੱਚ, ਅਤੇ ਵੀਜ਼ਾ ਫੀਸ ਵੀ ਬਹੁਤ ਘੱਟ ਹੈਗੀ ਹੈ ਜੀ। ਵੀਜ਼ਾ ਫੀਸ ਸਿਰਫ ਇਹਨਾਂ ਦੀ 4500-5000 ਰੁਪਏ ਹੁੰਦੀ ਆ, ਅਤੇ ਵੀਜ਼ਾ ਦੇ ਚਾਂਸਿਸ ਜਿਹੜੇ ਹੈਗੇ ਆ ਜਰਮਨੀ ਦਾ ਹੋਰ ਜਿੰਨੇ ਵੀ ਸ਼ੈਨਗਨ ਦੇਸ਼ ਆ ਤਾਂ ਵਧੀਆ ਚਾਂਸਿਸ ਆ ਜੀ, ਬ੍ਰਾਈਟ ਚਾਂਸਿਸ ਹੈਗੇ ਆ। ਟਾਈਮ ਟੂ ਟਾਈਮ ਕੁਛ ਕੰਟਰੀਜ਼ ਦੇ ਵੀਜ਼ਾ ਸਕਸੈਸ ਰੇਟ ਜਿਹੜੇ ਹੈਗੇ ਆ ਹੋਰਾਂ ਕੰਟਰੀਆਂ ਨਾਲੋਂ ਜ਼ਿਆਦਾ ਹੁੰਦੇ ਆ। ਜੇ ਤੁਸੀਂ ਲੈਣਾ ਚਾਹੁੰਦੇ ਹੋ ਸ਼ੈਨਗਨ ਦਾ ਵੀਜ਼ਾ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 9502-95081 ਦੇ। ਵਧੇਰੀ ਜਾਣਕਾਰੀ ਲਈ ਸਾਡੇ ਖੰਨਾ ਜਲੰਧਰ ਅਤੇ ਚੰਡੀਗੜ੍ਹ ਆਫਿਸ ਨੂੰ ਵਿਜ਼ਿਟ ਕਰੋ, ਮੈਨੂੰ ਜਾਂ ਮੇਰੀ ਐਕਸਪਰਟ ਟੀਮ ਨੂੰ ਮਿਲ ਕੇ ਆਪਣੇ ਕੋਈ ਹੋਰ ਤੁਹਾਡਾ ਜੇ ਮਨ ਦੇ ਵਿੱਚ ਸਵਾਲ ਹੈਗਾ ਤਾਂ ਤੁਸੀਂ ਕਲੀਅਰ ਕਰ ਸਕਦੇ ਹੋ। ਇਨਟੇਕਸ ਦੀ ਮੈਂ ਗੱਲ ਕਰਦਾ ਜੀ, ਮੇਜਰ ਇਨਟੇਕ ਹੁੰਦੇ ਆ ਇਹਦੇ ਵਿੱਚ, ਫੈਬ ਦਾ ਮੇਜਰ ਇਨਟੇਕ ਹੁੰਦਾ ਜੀ, ਸਪਤੰਬਰ ਦਾ ਹੁੰਦਾ, ਬਾਕੀ ਮੰਥਲੀ ਇਨਟੇਕ ਜਿਹੜੇ ਹੈਗੇ ਆ ਹਰ ਕੰਟਰੀਜ਼ ਦੇ ਹਰ ਕਾਲਜ ਯੂਨੀਵਰਸਿਟੀਜ਼ ਦੇ ਚੱਲਦੇ ਰਹਿੰਦੇ ਆ। ਬੈਚਲਰ ਉੱਥੇ ਜ਼ਿਆਦਾਤਰ ਲੋਕ ਕਰਨ ਜਾਂਦੇ ਆ ਜੀ, ਬੈਚਲਰ ਦੀਆਂ ਫੀਸਸ ਬਹੁਤ ਘੱਟ ਨੇ। ਸੋ ਇਹਦੇ ਨਾਲ ਹੀ ਆਪਾਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਜੀ। ਹੋਰ ਵੀ ਤੁਹਾਡੀ ਕੋਈ ਇਨਫੋਰਮੇਸ਼ਨ ਤੁਹਾਨੂੰ ਮੇਰੇ ਵੱਲੋਂ ਦੇਣ ਤੋਂ ਰਹਿ ਗਈ ਆ ਤਾਂ ਤੁਸੀਂ ਸਾਡੇ ਆਫਿਸ ਨੂੰ ਵਿਜ਼ਿਟ ਕਰਕੇ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ।